ਭਾਂਡੇ ਤਾਂ ਹੁਣ ਕਰ ਲਓ, ਨਹੀਂ ਰੋਟੀ ਪਾ ਦਾ ਮੈਂ, ਲੇਟ ਨਾ ਹੋ ਜਾਣ ਕਿਤੇ ਤੇ ਲੇਟ ਹੀ ਨਾ ਹੋ ਜਾਣ, ਟਾਈਮ ਵੀ ਬਹੁਤ ਹੋ ਗਿਆ। ਹਰਮਨਾ, ਹਾਂਜੀ, ਲਿਆ ਟਿਫਨ ਯਾਰ, ਲੇਟ ਹੋਈ ਜਾਂਦਾ ਮੈਂ। ਬਸ ਆ ਗਈ ਜੀ, ਆ ਗਈ, ਖੁੱਲ ਗਿਆ, ਫੇਰ ਖੁੱਲ ਗਿਆ ਤਾਂ ਆ ਗਈ। ਬਸ ਲਿਆ ਕਰਾ, ਰੋਜ਼ ਲੇਟ ਹੋ ਜਾਂਦਾ, ਅਫਸਰ ਗਾਲਾਂ ਦਿੰਦੇ ਨੇ ਫਿਰ। ਮੇਕਅਪ ਦਾ ਸਮਾਨ ਆਉਂਦਾ ਇੰਨਾ ਮਹਿੰਗਾ, ਉਹ ਨੀ ਤੈਨੂੰ ਦੱਸਿਆ ਹੈਗਾ? ਨਾ ਮੇਕਅਪ ਮੈਂ ਕਿਹੜਾ ਕਿਸੇ ਵਾਸਤੇ ਕਰਦੀ ਆ, ਤੁਹਾਡੇ ਵਾਸਤੇ ਕਰਦੀ ਆ। ਅੱਛਾ ਜੀ, ਜਦੋਂ ਤੁਹਾਡੇ ਚਾਰ ਦੋਸਤ ਆਉਣ ਜਾਂ ਤੁਹਾਡੇ ਰਿਸ਼ਤੇਦਾਰ ਆਉਣ, ਕਹਿਣ ਭਈ ਹਾਂ ਬਹੂ ਬਹੁਤ ਸੋਹਣੀ ਹੈ। ਚਲ ਠੀਕ ਹੈ, ਹੁਣ ਮੈਂ ਜਾਵਾਂ। ਹਾਂਜੀ ਜਾਓ, ਕਿਤੇ ਲੇਟ ਨਾ ਹੋ ਜਾਇਓ। ਹਾਂਜੀ ਮੈਂ ਜਾ ਰਿਹਾ। ਨਾਲੇ ਗੱਲ ਸੁਣੋ। ਹਾਂਜੀ ਹਾਂਜੀ, ਇੱਕ ਮੇਰਾ ਕਾਫੀ ਪਾਊਡਰ ਲਿਆ ਦਿਓ। ਕਾਫੀ ਪਾਊਡਰ ਲਿਆ ਦੇਣਾ ਜੀ, ਹੋਰ ਤਾਂ ਲੈ ਕੇ ਆਉਣਾ ਕੁਛ? ਹੋਰ ਵੀ ਕੁਛ ਲਿਆਉਣਾ ਸੀ, ਮੈਂ ਲਿਸਟ ਬਣਾ ਕੇ ਰੱਖੂੰਗੀ ਉਹਦੀ। ਬਸ ਠੀਕ ਹੈ, ਨਾਲੇ ਗੱਲ ਸੁਣੋ, ਉਹ ਗੇਟ ਲਾ ਕੇ ਰੱਖਿਆ ਕਰ, ਬਾਹਰਲਾ ਮਾਹੌਲ ਬਹੁਤ ਖਰਾਬ ਹੋ ਰਿਹਾ। ਮੈਂ ਤਾਂ ਲਾ ਕੇ ਰੱਖ ਦਿੰਦੀ ਹੈਗੀ। ਬਸ ਚੰਗੀ ਤਰ੍ਹਾਂ ਸਾਰਾ ਦਿਨ ਅੰਦਰ ਫੋਨ ਤੇ ਲੱਗੀ ਨਾ ਰਿਹਾ ਕਰ, ਗੇਟ ਧਿਆਨ ਨਾਲ ਬੰਦ ਕਰ ਲਈ, ਠੀਕ ਹੈ? ਕੋਈ ਨਹੀਂ, ਮੈਂ ਕਰ ਲੂੰਗੀ। ਹਾਂ ਚੱਲ, ਚੰਗਾ ਬਾਏ, ਨਾਲੇ ਗੇਟ ਬੰਦ ਕਰ ਲਈ ਧਿਆਨ ਨਾਲ। ਲੈ ਵੀ ਜੱਟਾ, ਮੈਂ ਸਾਣਾ ਦਾ ਕੰਮ ਜਾਂ ਨਿਬੜ ਗਿਆ, ਡੰਗਰ ਪਾਣੀ ਵਾਲਾ ਤਾਂ ਹੁਣ ਆਥਣ ਤੱਕ ਦੀ ਸੋਚ ਨਹੀਂ ਹੈਗੀ। ਰੋਟੀ ਰੋਟੀ ਪਤਾ ਨਹੀਂ ਦਿਓ, ਪਤਾ ਨਹੀਂ ਨਾ, ਬਾਵਲੀ ਪਤਾ ਨਹੀਂ ਕਿੱਥੇ ਹੈ। ਰਾਣੋ, ਨੀ ਰਾਣੋ, ਕਿੱਥੇ ਮਰਦੀ ਆ, ਦੇ ਦੇ ਰੋਟੀ ਰੋਟੀ। ਆਹੋ ਤੇ ਇੱਥੋਂ ਰੋਟੀ ਮੰਗ ਲੈਣ, ਤੜਕੀ ਲੱਗ ਜਾਂਦਾ, ਹੁਣ ਰੋਟੀ ਵੀ ਨਾ ਮੰਗਾ ਤੇਥੋਂ। ਇੱਥੇ ਖੜੀ ਕੀ ਕਰਦੇ, ਰੋਟੀ ਨੀ ਬਣਾਈ, ਮੈਂ ਸਾਰਾ ਡੰਗਰਾਂ ਦਾ ਕੰਮ ਕਰਿਆ ਆ। ਚੰਗਾ ਬਾਲਾ ਹਲਕ ਜਾਣਾ ਪਾੜ, ਘਿਓ ਪਾ ਲਿਆ ਸਬਜ਼ੀ ਚ। ਆਹੋ ਇੰਨੀ ਸੋਹਣੀ ਕੁੜੀ ਦਾ ਰਿਸ਼ਤਾ ਹੁੰਦਾ ਸੀ, 6 ਫੁੱਟ ਦਾ ਕੱਦ ਸੀਗਾ, ਆ ਮਾਰਿਆ ਖੋਲਾ ਮੱਥੇ ਮੇਰੇ। ਧੋਖਾ ਕਰਕੇ ਜਿਹੜੀ 6 ਇੰਚ ਦੀ ਹੀਲ ਪਾਈ ਫਿਰਦੀ ਸੀਗੀ, ਮਟਕ ਮਟਕ ਤੁਰਦੀ ਸੀਗੀ, ਲੰਬ ਚੂ ਪਲੇ ਪਿਆ। ਤੇਰੇ ਹਾਣ ਪ੍ਰਮਾਣ ਦੇ ਚੀਨ ਚ ਮਿਲਦੇ, ਉਰੇ ਨੀ ਮਿਲਦੇ ਦੀ ਪੰਜਾਬ ਚ। ਆਹੋ ਤੂੰ ਤਾਂ ਇੰਨੀ ਕੁ ਤਾਂ ਹੈਗੀ ਆ, ਤੇਰੇ ਜਵਾਨ ਏਡੀ ਵੱਡੀ ਲੱਗੀ ਹੋਈ ਹੈ, ਨੂਣ ਘੱਟ ਪਾਈ ਨਾਲੇ। ਜਿਹੜੀ ਤੈਨੂੰ ਨੂਣ ਘੱਟ ਪਾ ਕੇ ਦਿੰਦੀ ਆ, ਉਹ ਤਾਂ ਰੋਟੀਆਂ ਖਾ ਲਾ ਜਾ ਕੇ। ਦੇਖ ਲੈ ਜਿੱਦੇ ਮੇਰੀ ਨਾਲੇ ਅਣਖ ਜਾਗ ਗਈ ਨਾ, ਕੱਲੇ ਕੱਲੇ ਨੂੰ ਮੂਹਰੇ ਲਾ ਲੂ ਮੈਂ। ਤੇ ਤੂੰ ਅਣਖੀ ਜਗਾ, ਰੋਟੀ ਤਾਂ ਤੈਨੂੰ ਬਾਅਦ ਚ ਦੇਵਾਂਗੀ ਮੈਂ। ਐਂ ਕਰ, ਤੂੰ ਪਹਿਲਾਂ ਰੋਟੀ ਦੇ, ਅਣਖ ਵਾਲੀ ਬਾਅਦ ਚ ਦੇਖਾਂਗੇ ਆਪਾਂ। ਤੇ ਰੱਖਣ ਚ ਕਿਉਂ ਕਰਦਾ, ਚੱਕ ਫੜ ਰੋਟੀ ਝੁਲ ਫਲਾ। ਮੇਰੇ ਸਿਰ ਦੀ ਕੌਲੀ ਖਾਲੀਏ ਲੈ ਆਈ। ਹਾਏ ਹਾਏ, ਦੇ ਤੇਰੀ ਅਣਖ ਪਿੱਛੇ, ਤੇਰੀ ਅਣਖ ਪਿੱਛੇ ਮੈਂ ਤਾਂ ਕੌਲੀ ਖਾਲੀ ਲੈ ਆਈ, ਮੇਰੇ ਤਾਂ ਦਿਮਾਗ ਤਾਂ ਖਰਾਬ ਕੀਤਾ ਪਿਆ। ਜਦੋਂ ਮੈਂ ਮੇਰੇ ਪਿਓ ਦੇ ਘਰੇ ਸੀ ਨਾ, ਆਏ ਮਸ਼ੀਨ ਵਾਂਗੂ ਦਿਮਾਗ ਚੱਲਦਾ, ਜਿੱਦੇ ਤੇਰੇ ਨਾਲ ਵਿਆਹਤੀ ਉਦੇ ਦੇ ਦਿਮਾਗ ਤੇ ਠੀਕ ਤਰ੍ਹਾਂ ਮੁੱਦਾ ਵੱਜ ਗਿਆ। ਲੈ ਫੜਾ ਖਾਲੀ ਆ ਖਾ, ਇਹਦੇ 4 ਮਰਚਾਂ ਦੀ ਲਿਆ, ਉਹਦੀ ਕੁਛ ਲਿਆ ਤਾਂ ਦਿੰਦੀ ਨਾ, ਖਾਲੀ ਕਿਵੇਂ ਖਾਵਾਂ ਤੇਰੇ ਦੀ ਕੁਛ ਲੱਗਦੀ ਨੂੰ। ਤੂੰ ਤਾਂ ਹਾਏ ਹੱਥ ਚੱਕਦਾ, ਮੈਂ ਮੇਰੇ ਪਿਓ ਨੂੰ ਸੱਦੂ। ਹਾਂ ਆ ਮੈਂ ਜਾਣਦਾ ਤੇਰੇ ਪਿਓ ਨੂੰ, ਰੇੜੀ ਤੋਂ ਤਾਂ ਟਾਈਮ ਲਾਉਦਾ ਹੈਗਾ, ਕੁਲਚੇ ਖਾ ਲਓ, ਕੁਲਚੇ ਲੈ ਲਓ, ਲੱਗ ਜੂਗਾ, ਕੋਈ ਗੱਲ ਨਹੀਂ, ਤੇ ਮਿਹਨਤ ਕਰਦਾ ਤੇਰੇ ਮੰਗ ਨੂੰ ਚੌਰਾ ਇੱਥੇ ਲਿਆ, ਆ ਫੜਾ ਇੱਧਰ ਲਿਆ, ਆਹੋ ਆ ਚੱਕ ਫੜ, ਮੈਂ ਲਿਆ ਕੇ ਦਿੰਨੀ ਆ। ਹਾਂ ਕਿੱਥੇ 4 ਗਾਲ ਦੀ ਨਾਲੇ ਸਬਜ਼ੀ ਦੇਖ ਲੈ ਜੇ ਹੈਗੀ ਐ ਚ। ਬੇ ਹੈ ਨਹੀਂ ਸਬਜ਼ੀ, ਕਿੱਥੇ ਲਿਆ ਕੇ ਦਿੱਤੀਆਂ ਮੈਨੂੰ ਤੋੜਨਾ, ਗੱਲਾਂ ਕਰਦਾ। ਚੰਗਾ ਲਿਆ ਦੇ ਜਿਹਾ ਜਿਹਾ ਮਰਜ਼ੀ, 2 ਟੁੱਕ ਰੋਟੀ ਖਾਣੀ ਹੁੰਦੀ ਆ, ਉਹੀ ਨਹੀਂ ਚੱਜ ਨਾਲ ਦਿੰਦੀ ਹੈਗੀ।
ਉਹਦੀ ਲੜਾਈ ਕਰਕੇ ਬਹਿ ਜੂਗੀ। ਲਿਆ ਦੇ ਕਹਿੰਦਾ 9 ਵਜੇ ਇੱਥੇ ਲਾਈਟ ਆਉਣੀ ਹੈ, ਇਹਨੇ ਭੱਜ ਜਾਣੀ ਹੈ, ਫਿਰ ਜੀ ਜੀ ਦੱਸ ਕੌਣ ਰਮਾਊਗਾ, ਕਿਹੜਾ ਦੇਊਗੀ ਰੋਟਾ ਹੈ। ਲੈ ਫੜ ਖਾ ਲਾ ਆਥਣ ਦੀ ਸਬਜ਼ੀ ਦਾ, ਕਰਦੇ ਲਿਆ ਦੇ ਕੋਈ ਮੈਨੂੰ। ਹਾਂ ਜਿਹੜੀ ਐਡੀ ਜਵਾਨ ਲੱਗਦੀ ਰਹਿੰਦੀ ਤੇਰੀ, ਬੋਲਦੀ ਰਹਿੰਦੀ ਆ, ਜਾ ਕੇ ਬਾਜ਼ਾਰ ਚੋਂ ਲੈ ਆ ਕਰ ਸਬਜ਼ੀ ਮਾੜੀ ਮੋਟੀ। ਜੇ ਜੇ ਮੈਂ ਬਾਜ਼ਾਰ ਚ ਵਗ ਜਾ, ਮੈਂ ਤਾਂ ਕਿਸੇ ਗਵਾਂਡਰ ਕੋਲੇ ਵਗ ਜਾ, ਉਦੋਂ ਤੂੰ ਟੱਪੂ ਟੱਪੂ ਕਰ ਲੈ। ਸ਼ਹਿਰ ਚ ਵੀ ਅਕਲ ਨਹੀਂ ਆਈ, ਆ ਕੇ ਸ਼ਹਿਰ ਚ ਆ ਦੇਖ ਲੈ, ਇੰਨਾ ਸੋਹਣਾ ਘਰ ਦਾ ਕੀ ਨਾਸ ਮਾਰਿਆ ਤੈਨੇ, ਕੀ ਨਾਸ ਮਾਰਿਆ। ਉੱਥੇ ਠੀਕ ਦੀ ਤੂੰ ਤਾਂ ਕੱਚੇ ਘਰ ਚ ਜਿੱਥੇ ਫਿਰਦੀ ਸੀ ਪੋਚੇ ਲਾਉਂਦੀ ਘਰ ਨੂੰ। ਬਥੇਰਾ ਸੌਂਕਾ ਮਿੱਟੀਆਂ ਫੇਰਨ ਦਾ, ਇੰਨਾ ਸੋਹਣਾ ਲੱਗਦਾ, ਆ ਫਰਸ਼ ਲਵਾ ਕੇ ਧਰਤੀ ਤਿੰਨ ਵਾਰੀ ਚੂਲਾ ਤੜਾ ਕੇ ਧਰਤਾ ਮੇਰੇ। ਬਿਆ ਮਰਨੇ ਕੀ ਗਾਲੀਆਂ ਜਾਂ ਕਰਿਆ, ਜਾ ਮਾਂਜਾ ਚੱਕ ਕੇ ਲਿਆ ਮਾਰ ਵੇ, ਮੈਂ ਨਹੀਂ ਚੱਕਦੀ ਤੇਰੀਆਂ ਗਾਲੀਆਂ ਗੁਲੀਆਂ, ਇੱਥੋਂ ਨਹੀਂ ਸਾਫ ਹੁੰਦਾ, ਜਾ ਚੱਕ ਕੇ ਲਿਆ ਮਾਂਜਾ ਰੜਕਾ ਮਾਰ ਕੇ। ਲੈ ਲਿਆਉਣਾ ਚੰਗਾ ਤੂੰ, ਜਾ ਲੱਗ ਬਗ ਜਾ, ਬਗ ਜਾ। ਉਰੀ ਖੜੀ ਵੇ, ਇੱਥੇ ਖੜੀ ਆ, ਸਾਫ ਕਰਾਏ ਬਿਨਾ ਨਹੀਂ ਹਲਦੀ ਮੈਂ। ਮੈਂ ਕਰਦਾ ਸਮਾਰ ਕੇ ਲੋਡ ਕਰੂੰ। ਹਾਂ ਕੋਈ ਨਾ ਕੋਈ ਨਾ, ਬੇਟਾ ਅਸਲੇ ਜਿਹੜਾ ਕਰ ਛੇਤੀ ਚੱਕ ਲਿਆ। ਹਾਂ ਮੈਨੂੰ ਹੋਰ ਵੀ ਕੰਮ ਬਥੇਰੇ ਨੇ, ਸਮਾਰ ਕੇ ਮਾਰਦੀ ਲਾਲਾ ਨਾ ਮੂਰੇ। ਹਾਂ ਇੱਧਰ ਨੂੰ ਹੋ ਜਾ ਵੇ, ਇੱਥੇ ਆ ਮੇਰੇ। ਰੋਟੀ ਖਾ ਲਾਂਗੇ ਜਾ ਕੇ, ਮੇਰੀ ਗੱਲ ਸੁਣ ਲੈ ਨਾਲੇ, ਆਉਂਦੇ ਨੂੰ ਜੇ ਚਰਫੜ ਜੀ ਕਰੀ ਨਾ ਦੇਖ ਲਈ ਫਿਰ। ਹਾਏ ਮਰ ਜਾਣੇ ਨੇ ਦੁੱਖ ਦੇ ਚੂਲੇ ਤੇ, ਮਰ ਮੈਂ ਤਾਂ ਪਹਿਲੀ ਔਖੀ ਹੋਈ ਪਈ ਸੀ, ਮੈਨੂੰ ਕੀ ਪਤਾ ਸੀ ਵੀ ਉਹੀ ਝਾੜੂ ਮੇਰੇ ਤੇ ਵਰ ਜੂ, ਮੈਂ ਆਪ ਡੁੱਬੜੀ ਚੱਕ। ਕੋਈ ਗੱਲ ਨੀ, ਹੁਣ ਬੀਬੀ ਨੂੰ ਫੋਨ ਕਰੂ, ਇਹਦਾ ਤਾਂ ਰੋਜ਼ ਦੀ ਕੰਜਰ ਖਾਨਾ ਹੋ ਗਿਆ, ਮੈਂ ਤਾਂ ਇਕੱਠ ਕਰੂੰਗੀ, ਇਹੋ ਜਿਹਾ ਕੀ ਪਤਾ ਸਿਰ ਪਾੜ ਕੇ ਧਰ ਦੇ ਜਾ ਜਾਂਦੀ ਹੋ ਜੂਗੀ, ਇਹਦਾ ਤਾਂ ਰੋਜ਼ ਦੀ ਕੰਮ ਹੋ ਗਿਆ, ਰੋਜ਼ ਦੀ ਕੰਮ ਨੀ ਹੋਊਗਾ। ਚੱਲ ਛੱਡ ਪੜ ਗਏ, ਇਹ ਤਾਂ ਰੋਜ਼ ਹੀ ਕੁੱਟਦਾ, ਕਿਹੜਾ ਅੱਜ ਕੁੱਟਿਆ ਤੈਨੂੰ, ਚਾਹ ਦੀ ਕੁੱਟ ਬਣਾ, ਕੰਡੇ ਜੇ ਤੇ ਹੋ ਜਾ ਪਰੇ, ਲੈ ਚਾਹ ਬਣਾਵਾਂ ਕੁੱਟ ਕੇ। ਓਹੋ ਖਲਣੀ ਹੁਣ ਖੰਡ ਮੁੱਕੀ ਪਿਆ, ਕੰਜਰ ਨੂੰ ਮੈਂ 50 ਵਾਰੀ ਕਿਹਾ ਵੀ ਸੌਦਾ ਲਿਆ ਕੇ ਸਿੱਟ ਦੇ, ਸੌਦਾ ਨਹੀਂ ਲਿਆ ਕੇ ਸਿੱਟਦਾ, ਹੁਣ ਜਾਨੀ ਆ ਚੱਲ ਤਾਰੀ ਦੀ ਬਹੂ ਤਾਂ ਲੈਣੀ ਸੀ, ਉਹ ਤੇ ਲੈ ਆਉਣੀ ਆ। ਹਾਂ ਲੈ ਕੇ ਆ ਮੈਂ ਖੰਡ, ਨੀ ਹਰਮਣ ਨਾ ਤਾਂ ਹਰਮਣ ਰੱਖ ਰੱਖਿਆ, ਹੁਣ ਤਾਂ ਹੈ ਤਾਂ ਇਹ ਹਰਾਮਣ, ਨਾ ਤਾਂ ਮੇਰਾ ਨਾਂ ਵੀ ਰਣਦੀਪ ਕੌਰ ਆ ਮੇਰੀ ਬੀਬੀ ਨੇ ਰੱਖਿਆ, ਨਾ ਇੱਕ ਤਾਂ ਰਣਜੀਤ ਸੀ ਪਿੰਡ ਚ, ਇੱਕ ਰਣਦੀਪ ਸੀ, ਪਹਿਲੇ ਨੰਬਰ ਤੇ ਆਉਂਦੀ, ਲੈ ਬੋਲ ਮਾਰ, ਨੀ ਹਰਮ ਨੀ ਹਰਮਣ ਨੀ ਬੋਲ ਪਾ, ਗੇਟ ਖੋਲ ਦੇ, ਕਦੋਂ ਦੀ ਖੜੀ ਆ। ਹਾਂਜੀ ਆਉਣੀ ਆ। ਨੀ ਆਹੋ ਗੇਟ ਖੋਲ, ਮੈਂ ਤਾਂ ਘੰਟੇ ਦੀ ਬਾਜਾ ਮਾਰੀ ਆਉਣੀ ਆ, ਪੜੀਏ ਮਰ ਤਾਂ ਸੰਗ ਸਕਾਤਾ ਤੈਂ, ਕਾਹਨੂੰ ਖੋਲਦੀ ਆ, ਲੈ ਆਉਣੀ ਆ ਭੈਣੇ ਆਉਣੀ ਆ, ਘੰਟੇ ਦੀ ਗੋਲ ਮਾਰੀ ਆਉਣੀ ਆ। ਹੋਰ ਦੱਸ ਕਿਵੇਂ ਆ। ਹਾਂ ਭੈਣੇ ਠੀਕ ਆ, ਤੂੰ ਦੱਸ। ਵਧੀਆ ਬਸ, ਜਦੋਂ ਟਾਈਮ ਪਾਸ ਲੰਘੀ ਜਾਂਦਾ ਗਾ। ਤੂੰ ਕਿਵੇਂ ਟੇਢੀ ਟੁਰਦੀ ਆ। ਨੀ ਟੇਢੀ ਤਾਂ ਕਾਹਨੂੰ, ਮੈਂ ਤਾਂ ਫਰਸ਼ ਤੋਂ ਦੀ ਡਿੱਗ ਗਈ ਪੜ ਗਏ। ਹੋਰ ਮੇਰਾ ਤਾਂ ਚੂਲਾ ਪਹਿਲਾਂ ਤੈਨੂੰ ਪਤਾ 3 ਵਾਰੀ ਟੁੱਟ ਗਿਆ, ਅੱਜ ਪੇਟ ਡਿੱਗ ਗਈ ਮੈਂ ਤਾਂ। ਮੈਨੂੰ ਤੂੰ ਫਰਸ਼ ਤੋਂ ਡਿੱਗੀ ਨਹੀਂ ਲੱਗਦੀ, ਆ ਚੀਕਾਂ ਜੀ ਵੀ ਸੁਣ ਗਿਆ ਦੀ ਮੈਨੂੰ ਤੇਰੀਆਂ ਚੀਕਾਂ। ਫਿਰ ਜਦੋਂ ਡਿੱਗ ਗਏ ਫਿਰ 7 ਫੇਟ ਵੱਜੇ, ਚੀਕਾਂ ਤਾਂ ਆਪੀ ਵੱਜਣਗੀਆਂ। ਨੀ ਸੱਚ ਦੱਸ, ਤੈਨੂੰ ਕੁੱਟਿਆ ਵੀਰੇ ਨੇ? ਲੈ ਉਹ ਕੁੱਟ ਜੂਗਾ, ਹੈ ਉਹ ਕੁੱਟ ਖਾ ਕੇ ਨਾ ਰੱਜੇ, ਮੈਂ ਇੱਥੋਂ ਹੱਥੀ ਲਾ ਕੇ ਦਿਖਾ ਦੇ। ਨੀ ਮੈਂ ਤਾਂ ਐਂ ਕਹਿੰਦੀ ਸੀ ਤੈਨੂੰ, ਮੈਂ ਤਾਂ ਖੰਡ ਲੈਣ ਆਈ ਤੀ ਚਾਹ ਪੀਣੀ, ਤੇ ਮੈਂ ਤਾਂ ਕਾਰੜੀ ਜੀ ਬਣਾ ਕੇ, ਖੰਡ ਮੁੱਕੀ ਪਈ ਹੈਗੀ। ਲੈ ਖੰਡ ਦੀ ਕੀ ਗੱਲ ਹੈ, ਖੰਡ ਤਾਂ ਲੈ ਜਾ ਜਿੰਨੀ ਮਰਜ਼ੀ। ਆਹੋ ਆਹੋ ਬਹਿ ਜਾ ਬਹਿ ਜਾ, ਕੋਈ ਨੀ ਮਰਜ਼ੀ ਤਾਂ ਘਰ ਦੇ ਕੰਮਾਂ ਕਾਰਾਂ ਤੋਂ ਜਮੀ ਨਹੀਂ ਨਿਕਲਾਂਗਾ, ਸਾਰਾ ਦਿਨ ਕਦੇ ਚਾਹ ਬਣਾ ਲਾ, 10 ਵਜੇ ਤਾਂ ਸਾਡੇ ਚਾਹ ਬਣਦੀ ਆ, ਤੈਨੂੰ ਪਤਾ ਤਾਂ ਹੈਗਾ, ਤੁਸੀਂ ਤਾਂ ਮੁਜਰਮ ਬੰਦੇ ਹਨਾ, ਵਧਾ ਆਪਦਾ ਤੁਹਾਡਾ ਕੰਮ ਕਾਰ ਹਨਾ, ਤੇ ਵੱਡੀਆਂ ਤੁਹਾਡੀਆਂ ਕਰਨਾ, ਇੱਕ ਵਾਰੀ ਚਾਹ ਵਾਂ ਤੇ ਸਾਡਾ ਤਾਂ ਮਰਨਾ, 10 ਵਾਰੀ ਚਾਹ ਪਾਣ ਦੇ। ਹੋਰ ਨੀ ਮੁਜਰਮ ਨੀ ਹੁੰਦਾ, ਨਾਲੇ ਮੁਲਾਜ਼ਮ ਹੁੰਦਾ। ਆਹੋ ਜਿਹੜਾ ਕੁਛ ਵੀ ਹੈਗਾ, ਲੱਗੇ ਤਾਂ ਹੈਗਾ, ਪੈਸਾ ਟਕਾ ਤਾਂ ਵਧਗਾ ਹੁੰਦਾ। ਨੀ ਭੈਣੇ ਅੱਜ ਕੱਲ ਮੁਲਾਜ਼ਮਾਂ ਦੀ ਕਾਹਲੀ ਜ਼ਿੰਦਗੀ ਹੈ, ਜ਼ਿੰਦਗੀ ਤਾਂ ਕਾਨੂੰਨੀ ਵਿਵਸਥਾ ਕਰਦੇ, ਸਭ ਕੁਛ ਆਉਂਦਾ, ਪੜ ਗਏ ਦੂਜੇ ਥਾਲ ਚ ਲੱਡੂ ਵੱਡੇ ਹੀ ਲੱਗਦਾ ਹੁੰਦਾ। ਚੱਲ ਉਹ ਤਾਂ ਠੀਕ, ਖੰਡ ਦੇ ਦੇ ਮੈਨੂੰ, ਚੱਲ ਲਿਆਉਣੀ ਆ ਤੇਰੇ ਵਾਸਤੇ ਖੰਡ ਵਾਲੀ। ਹਾਂ ਖੰਡ ਲਿਆ ਕੇ ਦੇ ਦੇ ਮੈਨੂੰ। ਬੈਵਤਾ ਤਾਂ ਦੇਖ ਕਰਦੀ, ਉਹ ਕਹਿੰਦੇ ਨੀ ਹੁੰਦੇ ਖਾਂਦੀ ਪੀਂਦੀ ਪਾਦ, ਚੰਗੀ ਤੇਰੇ ਗੱਡੀ ਖੜੀ ਆ, ਚੰਗੀ ਤੇਰੇ ਕੋਠੀ ਪਾਈ ਆ, ਮੈਂ ਤਾਂ ਸਾਡੇ ਮਰ ਜਾਣੇ ਨੂੰ ਕਿਹਾ ਕਿ ਵੀ ਮੇਰੀ ਮਾੜ ਕੇ ਡੈਸਟ ਬਣਾਉਣ ਵਾਸਤੇ ਭਾਵੇਂ ਮਰੂਤਰੀ ਖਰੀਦ ਲਾ, ਟੁਕਰੀ ਮਾਰਦੀ ਆ, ਚੰਗਾ ਭਲਾ ਸਭ ਕੁਛ ਹੈਗਾ, ਸਾਡੇ ਪਾ ਕੇ ਦਿਖਾਵੇ, ਮੈਂ ਤਾਂ ਕੋਈ ਨਾ ਇਹੋ ਜਿਹੀਆਂ ਕੁਕਰੀਆਂ ਮਾਰਾਂ। ਲੈ ਘੰਟਾ ਨੀ ਲੈ ਆ, ਖੰਡ ਆਉਣੀ ਆਉਣੀ ਆ ਭੈਣੇ, ਫਿਰ ਤਾਂ ਕੰਮ ਵੀ ਸਾਰੇ ਪਏ ਨੇ ਭੈਣੇ, ਕੰਮ ਤਾਂ ਮੇਰੇ ਹੀ ਬਥੇਰੇ ਪਏ ਨੇ। ਬੂ ਮੈਂ ਮਰ ਜਾ, ਦੇਖ ਲਾ ਨੀ, ਉਦੋਂ ਤੂੰ ਮੇਰੇ ਤੋਂ ਖੰਡ ਲੈਣ ਗਈ, ਕਬਲੀ ਭਰ ਕੇ ਦਿੱਤੀ, ਘੁੱਟ ਕੁ ਚਾਹ ਬਣੂਗੀ ਇਹਦੇ ਨਾਲ ਤਾਂ,
चल कोई ना, तू अज इन के लै जा, मैं आप राशन पानी मंगा हले। आहो चल कोई ना, जानी आ मैं ता। पर चाह पी जांदी? चाह काणू मैं ता कंटे जाली बना के आप पीऊं, मैं ता किसे दी बनाई स्वाद नहीं लगदी है की। और चल चंगा। आहो चंगा, मार लिया कर गेड़ा, तू भी आ जा। कोई नहीं भैने, काम कथेरे पे ने मेरे ता। मैं कर दी फिर दी है दस, दे दे नू खंड दी कोली। देखा साडेला मंगा जा किथे फिरदा हुआ, इन्हें अंड दुख दे दे। ले भी मंगे सियां वधिया राम की जीरी ता हुण इत्थे सरपे भी करा हुंदी आ, खरे पता नहीं कराती चाचे ने, पता नहीं करवाउणी है। ऐ बूझा भी वधिया मार लिया है ना, ऐतकी ता वधिया होगी जीरी, चाचे नूं आउण दे ता सही। चाचे ने कहूंगा चाचे ऐतकी ता फिर वधिया होगी जीरी, अज ता मीट धर लै है ना। उसने चाचे नूं आउण दे, चाचा पता नहीं कदों कहूगा, हजे घाटा हो गया, भुख लग रही ना, रोटी ना पानी जमी नहीं सोच हैगी। ओए मंगया ओए। हाँ चाचा आ गया। चाचा आहो आ गया, किधर फिरदा तू इधर? मैं ता नक्का जगह के आई थी, लोट जा मैं लोट कर दिए नक्का। नक्का कहना करे यार, कहीं ना और कहले नक्का हुंदा हुंदा कहीं किथे है आ देख कहीं। मेरे सड़ दा माड़ा कोड़ मा किथे ज कहीं ओए। चाचा कही हैगी ती खरे खनी पता नहीं। आ कोठे दा गेट नहीं खोलन वाले? गेट ता चाचा हो ती खोलदा ती मैं। चाबी किथे है? चाबी खरे खनी चाबी पता नहीं। सुन तू भी आपदी चाची नाल दा हो रे। चाचा मेरी गल सुन। हां मैं कहदा ती भी स्प्रे कराती ते तैनू कहदे वास्ते रख्या रे मैं। चाचा मेरे याद नहीं भी खरे खनी करवाती। चाचा चाचा मेरे सड़े गोलियां घट डक लिया कर, ओदा गोलियां खा के टाइट होया फ्री रहना। मोटा लेबा नहीं केड़े टाइल पता नहीं केड़े ना। चाचा जीवा ही खाना फ्री आउंदी, कार्ड बनवाया होया। कार्ड बनाया होया इदा इदा दस की हीला करेगा फिर? तोड़ दांगे नु किड्डी गल है। जिंदा 150 रुपए दा आंदा जिंदा, तेरा कुछ लगदा दिहाड़ी च कट ली? किड्डी की गल है, बड़ा शाहूकार तेरे केड़ा पहली बथेरे पैसे चलदे ने। चाचा मेनू तू ऐ दस भी हुण रोटी लै आएगा के गाली खवाएगा? ओ पालदा रोटियां घरे दा, तेरी लड़ाई होगी चाची नाल तेरी नाल। चाचा यार तू उरे आके मेरे ने लड़ी है करा मेरे साले, थोड़े लच्छने है जने पहला उनू चमके है, हुन तू इत्थे लग गया आके रोडा मेनू। तेनू ते चाचा तू रोजे बस उई गाला दे जने, मेरे जन्ना तेनू काम कार करन वाला बंदा किते नहीं चाहदा। किन्नी खादी ने गोली? सिर्फ तीन। यार साले तीन चाचा। आ डोलू जा के मैं रख के रे डोलू दा मेनू ताए थी फिरा। हां भी तू ओहो करेगा? हां ਵੀ ਲੈਗਾ ਕੋਈ ਪੇਗ ਪੂਗਾ ਮੈਂ ਤਾਂ ਲੈਤੀ ਪਾਣੀ ਲੈਤੀ ਆ ਪਾਲਦਾ ਪੇਗਾ। ਚਾਚਾ ਦੇਖੀ ਮੇਰੀ ਗੱਲ ਸੁਣ, ਆਪਣੀ ਜੀਰੀ ਵੀ ਇੰਨੀ ਵਧੀਆ ਹੋ ਰਹੀ ਆ ਹੁਣ, ਹੈਂ ਉੱਤੋਂ ਵਧੀਆ ਬੂਝਾ ਮਾਰ ਕੇ ਜੀਰੀ ਨੇ ਅੱਜ ਦਾ ਮੀਟ ਕਰਦਾ, ਕੁਛ ਨਹੀਂ ਹੁੰਦਾ ਭੈਣ ਮਰਾਵੇ ਖੜ ਕੇ ਗਜੀਆ। ਫਿਰ ਹੱਥ ਵਾਲੀ ਰੋਟੀ ਦਾ ਆਪਾਂ ਨੂੰ ਹਿੱਲਾ ਕਰਨਾ ਪੁਛੇਰਾ। ਲਓ ਜੀ ਪਾਣੀ ਪੀ ਲਓ। ਲਿਓ ਜੀ ਮੇਰੀ ਗੱਲ ਸੁਣੋ। ਹਾਂਜੀ ਬੋਲੋ। ਵਰਤ ਆ ਰਹੇ ਨੇ। ਅੱਛਾ ਜੀ। ਮੇਰੀਆਂ ਸਾਰੀਆਂ ਸਹੇਲੀਆਂ ਨੇ ਸੂਟ ਲੈ ਲਏ। ਅੱਛਾ ਜੀ। ਮੈਂ ਵੀ ਲੈਣਾਗਾ। ਲੈ ਲਓ ਫਿਰ। ਕਹਿੰਦਾ ਲੈ ਲਓ ਫਿਰ, ਪੈਸੇ ਵੀ ਤਾਂ ਦਿਓ ਮੈਨੂੰ। ਆਪਾਂ ਵਗ ਚੱਲਦੇ ਆ ਬਾਜ਼ਾਰ ਜਾ ਆਨੇ ਆ। ਸੋਨੂੰ ਤਾਂ 100 ਕੰਮ ਧੰਦੇ ਨੇ ਯਾਰ, ਤੁਸੀਂ ਆਪਣੇ ਕੰਮ ਧੰਦੇ ਨੇ ਵੇੜੋ, ਮੈਂ ਤਾਂ ਆਪਦੀ ਸਹੇਲੀ ਨਾਲ ਜਾ ਕੇ ਲੈ ਆਉਂਗੀ। ਫਿਰ ਚਾਹੀਦਾ ਕੀ ਹੈ ਮੈਥੋਂ? ਪੈਸੇ ਦੋ ਦੋ। ਪੈਸੇ ਪਰਸ ਜੋ ਕੱਢ ਲੈ, ਅੰਦਰ ਪਏ ਪਰਸ ਜਿੰਨੇ ਮਰਜ਼ੀ ਲੈ ਲਓ। ਹਾਂ ਨਾਲੇ ਮੈਂ ਘਰ ਦਾ ਸਮਾਨ ਲੈ ਆਉਂਗੀ। ਮਿਲਾ ਲਾ ਆ ਚਾਰ ਪੁੜੀਆਂ ਸ਼ੈਂਪੂ ਦੇ ਦੇ ਮੈਨੂੰ। ਦੇ ਦਾਨੇ ਕੀ ਦੇ ਦਾਨੇ ਆ? ਉਹ ਦੱਸੋ ਜੀ ਕੋਈ ਸੇਵਾ। ਉਹ ਦੇ ਦੋ ਦੁੱਤੀਆਂ। ਆਹ ਸ਼ਾਂਤਲੀ ਕੇ ਦੇ ਦੇ। ਅੱਛਾ ਸ਼ਾਂਤਲੀ ਕੀ ਆ? ਹਾਂ ਇਹ ਵੀ ਵਧੀਆ ਦੇਵਾਂ ਆਪਣੀਆਂ। ਬਸ ਮੈਂ ਤਾਂ ਇਹ ਲਾਉਣੀ ਹੈਗੀ। ਕਿੰਨੇ ਦੇ ਦੇ ਭਾਈ? ਚਾਰ ਦੇ ਦੇ। ਆ ਦੋ ਪੈਕਟ ਮੈਗੀ ਦੇ ਪਾ ਦੀ। ਮੈਗੀ ਦੇ ਲੈ ਲੈ। ਲੈ ਉਹ ਦੱਸੋ ਟੋਟਲ ਸੇਲ ਦੀ ਕਰਦੇ ਆ। ਤੇਰ ਹੋ ਗਈ ਆਪਣੀ, ਹੋ ਗਈ ਤੇਰ, ਠੀਕ ਹੈ। ਆ ਵੀ ਗਲਾ ਦੇ। ਅੱਛਾ ਹੋ ਗਈ। ਹੋਰ ਹੋਰ ਦੱਸੋ ਭਾਈ ਕੁਛ। ਆ ਮੈਂ ਆ ਗਈ ਹੈ ਕੁੜੀਆਂ ਸੁਣਨ ਵਾਰ ਰੱਖਿਆ? ਨਹੀਂ ਨਹੀਂ ਇਹ ਸ਼ੋਸ਼ ਹੈ। ਸ਼ੋਸ਼ ਹੈ? ਹਾਂ ਉਹ ਤਾਂ ਮੈਂ ਲੈ ਲਈ ਫਿਰ। ਇਹ ਆ ਗਈ ਆਪਣੀ। ਹਾਂ ਕਿੰਨੇ ਹੋ ਗਏ ਹੁਣ ਦੱਸ ਮੈਨੂੰ। ਇੱਕ ਮਿੰਟ ਮੈਂ ਸ਼ਾਹ ਲਾਣਾ। ਤੂੰ ਕੀ ਲੈ ਕੇ ਆਈ ਇਹ? ਇਹ ਤਾਂ ਕੁਛ ਨਹੀਂ, ਸੂਟ ਲਿਆਂਦਾ ਮੈਂ। ਲੈ ਆ ਕਿੱਥੋਂ ਲੈ ਕੇ ਆਈ ਭਾਈ? ਪੰਸਾਰੀਆਂ ਤੋਂ ਲੈ ਕੇ ਆਈ ਆ।
ਤੈਨੂੰ ਨਹੀਂ ਪਤਾ ਵੀ ਸੂਟਾਂ ਦੀ ਦੁਕਾਨ ਤੋਂ ਮਿਲੂਗਾ ਸੂਟ? ਓਹੋ ਭਾਈ ਤੂੰ ਤਾਂ ਗੁੱਸਾ ਕਰ ਗਈ। ਮੈਂ ਤੈਨੂੰ ਕਹਿੰਦਾ ਸੀ ਆਪਣੀ ਬਾਲਾਂ ਦੀ ਦੁਕਾਨ ਹੈਗੀ, ਉੱਥੇ ਬਹੁਤ ਸਸਤੇ ਸੂਟ ਮਿਲਦੇ ਨੇ। ਉੱਥੇ 11 ਸੌ ਚ ਦੋ ਸੂਟ ਮਿਲ ਜਾਣਾ ਕਢਾਈ ਵਾਲੇ। ਕਹਿੰਦਾ 11 ਸੌ ਚ 5000 ਦਾ ਸੂਟ ਲੈ ਕੇ ਆਈ ਆ ਮੈਂ, ਬਣਿਆ 11 ਸੌ ਦਾ। ਤੁਸੀਂ ਤਾਂ ਭਾਈ ਬਾਲਾਂ ਦਾ ਖਰਚਾ ਕਰ ਦਿਓਗੇ। ਚੱਲ ਤੂੰ ਕੰਮ ਕਰ ਆਪਣਾ, ਹਿਸਾਬ ਕਰ ਮੇਰਾ। ਕਰਦਾ ਮੈਂ। ਆ ਬਿਸਕੁਟ ਵੀ ਪਾ ਦੇ। ਲੈ ਇੱਕ ਬਿਸਕੁਟ ਹੋ ਗਿਆ। ਹਾਂ ਹੋਰ ਦੱਸ ਜੇ ਕੁਝ ਹੋਰ ਲੈਣਾ ਹੈਗਾ। ਨਹੀਂ ਮੇਰੇ ਤਾਂ ਕੰਮ ਬਥੇਰੇ ਪਏ ਨੇ, ਜਲਦੀ ਕਰ। ਕੌਣ ਹੈ ਕੌਣ ਹੈ? ਲੈ ਮੈਂ ਤਾਂ ਘਰੇ ਫੇਰ ਹੀ ਜਾਊਂਗੀ, ਪਹਿਲਾਂ ਰਾਣਾ ਨੂੰ ਸੂਟ ਹੀ ਦਿਖਾਇਆ ਨਹੀਂ ਹੈਗੀ। ਹੋਰ ਰਾਣਾ ਨੀ ਕਿਹੜੀ ਅੱਸਿਆ ਹਰਮ ਨੀ ਹਰਮਨ ਆ ਜਾ ਜਾ ਲੰਘਿਆ ਘਰੀ ਆ ਨੀ ਆ ਜਾ ਜਾ ਬਹਿ ਜਾ ਇੱਥੇ ਆ ਜਾ। ਵਧੀਆ ਹੋ ਗਿਆ ਬਣ ਤੈਨੂੰ ਘਰੀ ਨਹੀਂ ਲੱਗੀ। ਹੋਰ ਮੈਂ ਤਾਂ ਘਰੀ ਤੇ ਮੈਂ ਕਿੱਥੇ ਜਾਣਾ ਸੀਗਾ। ਨੀ ਆ ਕੀ ਕਰਦੀ ਐ? ਕੁਛ ਨਹੀਂ ਆ, ਤਾਂ ਗਾਵਲਾ ਜੇ ਘਰੀ ਆਦੀ ਸੀ ਗਾ ਤਰਵਾਈ ਲੈ ਕੇ ਆਇਆ। ਉਹ ਪਤਾ ਨਹੀਂ ਕਿਹਦਾ ਚੱਕ ਲਿਆਉਂਦਾ ਗਾ, ਇਹਦੇ ਚ ਲਾ ਦਿੰਦਾ। ਤੈਨੂੰ ਪਤਾ ਤਾਂ ਹੈਗਾ ਵੱਡੀਆਂ ਵੱਡੀਆਂ ਕਰਦਾ ਰੀਸਾਂ ਰੀਸਾਂ ਹੁੰਦੀਆਂ ਨੀ, ਰੀਸਾਂ ਵੱਡੀਆਂ ਵੱਡੀਆਂ ਕਰਦਾ ਅਕਲਾਂ ਨੂੰ। ਨੀ ਆ ਕੀ ਲਈ ਫਿਰਦੀ ਆ? ਆ ਦੇਖ ਤੈਨੂੰ ਸੂਟ ਦਿਖਾਵਾਂ। ਕਿੰਨਾ ਸੋਹਣਾ ਨੀ, ਇਹ ਕਿਹਦਾ ਲੈ ਆਈ ਨੀ? ਮੇਰਾ ਸੂਟ ਹੈ। ਅੱਸਿਆ ਕਿੰਨਾ ਸੋਹਣਾ ਨੀ, ਕਿੰਨੇ ਦਾ ਆ ਗਿਆ? ਭੈਣੇ 5000 ਦਾ ਲੈ ਕੇ ਆਈ ਆਂਗੀ। ਅੰਨਾ ਮੈਂ ਗੱਪ ਨਾ ਮਾਰ, ਪੜ ਗਿਆ ਸੂਟ ਤਾਂ ਅਸੀਂ ਵੀ ਖਰੀਦੇ ਨੇ 5000 ਦਾ, ਕੋੜਾ ਦਾ ਤੂੰ ਸਿੱਪੀਆਂ ਦੀ ਮੱਲ ਹੋਣਾ, ਉਹ 3000 ਦਾ ਕਹਿ ਦਿੰਦੀ ਤੂੰ, ਐਡਾ ਕੰਮ ਢੱਡੇ 5 ਦਾ। ਭੈਣੇ ਉਹ ਤਾਂ ਬਹੁਤ ਮਹਿੰਗਾ ਲਾਉਂਦਾ ਸੀ, ਮੈਨੂੰ ਮੈਂ ਤਾਂ ਘਟਾ ਵਧਾ ਕੇ ਫਿਰ ਵੀ 5000 ਦੇ ਲਿਆਂਦਾ ਉਹਨੂੰ। ਅੱਛਾ 5000 ਦਾ ਦਿੱਤਾ ਤਾਂ ਨਹੀਂ? ਹੋਰ ਅਰਗਾ ਸਾ ਤਾਂ ਮਾੜੀ ਜਿਹਾ ਸੋਹਣਾ ਬਥੇਰਾ ਰਾ ਜੇ ਕੀ ਚੱਲ ਵਧਗਾ ਤੇਰੇ ਘਰ ਵਾਲਾ ਤਾਂ ਮੁਜਰਮ ਲੱਗਿਆ ਹਨ, ਵਿਆਹ ਦਿੰਦਾ ਤੈਨੂੰ ਨਾਲੇ। ਆ ਮੈਂ ਕਹਿੰਦੀ ਕਿ ਤੇਰ ਕੱਪਾ ਜਾ ਕੇ ਸੌਦਾ ਜਾ ਲਈ ਫਿਰਦੇ ਮਾੜਾ ਜਾ। ਭੈਣੇ ਸਾਡੇ ਘਰ ਦਾ ਰਾਸ਼ਨ ਹੈ, ਤੁਸੀਂ ਤਾਂ ਗੱਟਾ ਗੁੱਟਾ ਚੱਕ ਲਿਆ ਕਰੋ, ਚੰਗਾ ਪੈਸਾ ਹੁੰਦਾ ਤੁਸੀਂ ਤਾਂ ਫਿਰ ਵੀ ਕਜੂਸੀ ਹੈ। ਭੈਣੇ ਕੀੜੀਆਂ ਪੈ ਜਾਂਦੀਆਂ ਨੇ ਖੰਡ ਚ, ਮੈਨੂੰ ਆਏ ਦੱਸ ਲਈ। ਉਹ ਤਾਂ ਗੱਲ ਜਿਹਦਾ ਵਿਆਹ ਹੋ ਜਾਣਾ ਸੀ ਕਿਤੇ, ਨਹੀਂ ਵਿਆਹ ਕਾਹਦਾ ਤੈਨੂੰ ਨਹੀਂ ਪਤਾ, ਵਰਤ ਆ ਰਹੇ ਨੇ। ਅੱਛਾ ਵਰਤ ਆ ਜੀ, ਤੁਹਾਨੂੰ ਮੈਂ ਸੂਟ ਪਾਉਣ ਦੀ ਉਹੀ ਗੱਲ ਆ, ਤੁਹਾਡੀਆਂ ਫੋਕਰੀਆਂ ਵਾਲੀਆਂ ਗੱਲਾਂ ਪੜ ਕੇ ਬੱਟੇ ਬੰਦਿਆਂ ਦੀਆਂ ਬੱਟੀਆਂ ਗੱਲਾਂ। ਨਹੀਂ ਤੂੰ ਕਮਲੀ ਹੋਈ ਹੈਗੀ, ਮੈਨੂੰ ਐਂ ਦੱਸ ਕੋਈ ਪੁਰਾਣਾ ਸੂਟ ਪਾਉਂਦਾ ਹੁੰਦਾ ਵਰਤਾਂ ਤੇ? ਮੈਂ ਤਾਂ ਪਾ ਲੈਂਦੀ ਹੁੰਦੀ ਹਾਂ ਮੈਂ, ਉਹ ਨਹੀਂ ਚੀਜ਼ਾਂ ਦੇਖੀਦੀਆਂ ਹੁੰਦੀਆਂ ਨਾ ਆਪਦੇ ਘਰ ਦੀ ਕਬੀਲਦਾਰੀ ਦੇਖੋ, ਵਰਤ ਦਾ ਇੱਕ ਦਿਨ ਉਹੀ ਇੰਨਾ ਖਰਚਾ ਕਰਕੇ ਬਹਿ ਜਾਂਦੇ, ਫਲੂਟ ਕੱਪਾ ਵੀ ਲਿਆਉਣੀਆਂ ਦੇਖ। ਨਾ ਭੈਣੇ ਸਾਡੇ ਤਾਂ ਘਰ ਦੇ ਵਹਿਮ ਕਰਦੇ ਨੇ, ਨਾਲੇ ਉਹ ਵੀ ਦੁਨੀਆ ਵਹਿਮ ਕਰਦੀ ਹੈਗੀ ਵੀ ਭਾਈ ਨਵਾਂ ਨਵਾਂ ਸੂਟ ਪਾਈਦਾ ਹੁੰਦਾ ਗਾ, ਪੁਰਾਣਾ ਸੂਟ ਨਹੀਂ ਪਾਈਦਾ ਹੁੰਦਾ ਵਰਤਾਂ ਤੇ। ਅੱਛਾ ਜੀ, ਹਾਂ ਨਹੀਂ ਤੂੰ ਖਾਣ ਪੀਣ ਨੂੰ ਫਿਰ ਤਾਂ ਦੁਸਤ ਵਾਵਾ ਕੁਛ ਲਿਆਉਂਦੇ ਹੋਣੇ ਹਨ। ਹੋਰ ਕੱਦੂ ਲਿਆ ਕੇ ਸੱਟ ਦਿੰਦਾ ਕਦੇ ਤੋਰੀਆਂ ਤਰ ਪਾਈ, ਰੋਟੀ ਦੇ ਟੁੱਕ ਖਾ ਲੈਂਦੀ ਆ ਚੰਨ ਨੂੰ ਦੇਖ ਕੇ। ਨੀ ਮੈਂ ਤਾਂ ਫਿਰ ਵੀ 5000 ਦਾ ਲੈਂਦਾ, ਤੈਨੂੰ ਮੈਂ 2500 ਦਵਾ ਕੇ ਲਿਆਉ। ਲੈ ਲੈ ਆਪ 5000 ਵਾਲਾ ਫਿਰ ਹੈ ਪਾ ਕੇ ਤੇ ਮੈਂ 2500 ਵਾਲਾ, 600 ਵਾਲਾ ਲਿਆਉ ਮੈਂ ਤਾਂ 600 ਵਾਲਾ। ਭੈਣੇ 600 ਦਾ ਨਹੀਂ ਹੁੰਦਾ, 6000 ਕਹਿ। ਓਹੋ ਨੀ ਮੈਂ ਤਾਂ ਬੰਦੇ ਨੇ ਮੱਤ ਮਾਰੀ ਪਈ ਆ, ਮੈਂ ਤਾਂ 6000 ਵਾਲਾ ਕਹਿੰਦੀ ਸੀ, 6000 ਵਾਲਾ ਲਿਆ ਕੇ ਪਾਉ ਮੈਂ ਤਾਂ। ਹਾਂ ਗੱਲਾਂ ਕਰੀ ਤੂੰ ਦੇਖੀ, ਆਪ ਤਾਂ ਕਿ ਮੈਂ ਤਾਂ 5 ਵਾਲਾ ਪਾ ਕੇ ਫਿਰ ਉਤੋਂ 2500 ਵਾਲਾ, ਤੂੰ ਦੇਖੀ ਹੁਣ ਤਾਂ ਮੈਂ 6 ਵਾਲੀ ਪਾਉਂਗੀ। ਹਾਂ ਨਹੀਂ ਚੱਲ ਸੱਚ ਮੈਂ ਤਾਂ ਚੌੜ ਕਰੇ ਨਾ, 6 ਵਾਲੀ ਕਿੱਥੇ ਆ, ਤੈਨੂੰ ਪਤਾ ਹੈਗਾ ਮੇਰੇ ਘਰ ਵਾਲੇ ਦਾ ਘਰ ਦੀ ਕਬੀਲਦਾਰੀ ਵੀ ਦੇਖਣਾ, ਹੁਣ ਮੈਂ 6000 ਵਾਲਾ ਪਾ ਕੇ ਕਿੱਧਰ ਜਾਣਾਗਾ, ਇੱਕ ਦਿਨ ਹੀ ਤਾਂ ਪਾਉਣਾ ਗਾ। ਵਾਰ ਨੀ ਮੇਰੀ ਗੱਲ ਸੁਣੋ, ਤੂੰ ਕਮਲੀ ਹੋਈ ਹੈਗੀ, ਆਪਣਾ ਇੱਕ ਦਿਨ ਤਾਂ ਮਸਾਂ ਆਉਂਦਾ ਗਾ, ਨੀ ਮੇਰੇ ਵਾਲੇ ਨੇ ਤਾਂ ਮੈਨੂੰ 10000 ਰੁਪਇਆ ਦੇਤਾ, ਮੈਂ ਤਾਂ ਭੈਣੇ ਪਾਰਲਰ ਚ ਜਾ ਆਈ ਹੈ, ਫਰੂਟ ਮੇਰੇ ਘਰੇ ਪਿਆ ਗਾ, ਆ ਹੁਣ ਦੇਖ ਲੈ ਆ ਸੂਟ ਲੈ ਆਈ 5000 ਦਾ। ਨੀ ਤੂੰ 10000 ਨੂੰ ਰੋਣੀ ਆ, ਸਾਡੇ ਵਾਲਾ 10 ਰੁਪਏ ਨਹੀਂ ਦਿੰਦਾ ਹੈਗਾ। ਭੈਣੇ ਸਾਲ ਮਗਰੋਂ ਤਿਉਹਾਰ ਆਉਂਦਾ ਗਾ, ਆਪਦੇ ਵਾਲੇ ਨੂੰ ਮਗਰ ਲਾ ਕੇ ਰੱਖਿਆ ਕਰ, ਸਾਡੇ ਵਾਲਾ ਨੀ ਮਗਰ ਲੱਗਣ ਵਾਲਾ, ਤਾਂ ਬਹੁਤ ਚਤਰ ਹੈਗਾ। ਹਾਂ ਮਾੜਾ ਜਿਹਾ ਪਿਆਰ ਨਾਲ ਬੋਲਿਆ ਕਰ ਜੀ ਤੂੰ, ਆ ਮਿਰਚਾਂ ਵਾਂਗੂ ਸਰਦਨ ਜ਼ਬਾਨ ਤਾਂ ਬਾਹਰ ਰੱਖਦੀ ਹੈਗੀ। ਨੀ ਮੇਰੀ ਗੱਲ ਕਿੰਨੀ ਹੁਣ ਤਾਂ ਪਿਆਰ, ਹੁਣ ਤਾਂ ਪਿਆਰ ਦੇ ਨਾ ਹੀ ਨਹੀਂ ਪਤਾ ਹੈਗਾ ਮਰਨੇ ਨੂੰ। ਜੇ ਮਾੜਾ ਜਿਹਾ ਕਦੋਂ ਵੀ ਉਹ ਕੋਈ ਚੀਜ਼ ਲਿਆਉਣੀ ਆ ਵੀ ਵਧੀਆ ਪਿਆਰ ਨਾ ਬੁਲਾਉਂਗੀ, ਤਾਂ ਵੀ ਐਂ ਉੱਠੂਗਾ ਮਰਨਾ ਸੁੱਕਰੇ ਕਾਂ ਵਾਂਗੂ, ਮੈਂ ਤੈਨੂੰ ਬੁਲਾਉਂਦੀ ਨਹੀਂ ਹੁੰਦੀ। ਮੇਰੀ ਗੱਲ ਸੁਣਾ, ਇੱਕ ਤਿਉਹਾਰ ਆਉਂਦਾ ਹੈਗਾ, ਵਧੀਆ ਸੂਟ ਕਢਵਾ ਲਾ ਤੂੰ। ਨੀ ਕੀ ਕਰੂੰਗੀ, ਖਰਚਾ ਕਰਕੇ ਪੜ ਗਏ, ਉਹੀ ਗੱਲ ਤੂੰ ਤਾਂ ਪੰਪ ਦੇ ਹੀ ਜਾਂਦੀ ਆ। ਮੇਰੀ ਗੱਲ ਸੁਣ ਬਾਈ, ਹਨਾ ਇੱਕ ਦਿਨ ਆਪਾਂ ਵਰਤ ਰੱਖ ਜਾ ਸਕਦੇ, ਭੁੱਖੇ ਚ ਹੋਏ ਰਹਿੰਦੇ ਆ, ਕੀ ਗੱਲ ਇੱਕ ਦਿਨ ਖਰਚਾ ਨਹੀਂ ਕਰ ਸਕਦੇ ਆਪਣੇ ਤੇ। ਉਹ ਗੱਲ ਤਾਂ ਤੇਰੀ ਵੀ ਸਹੀ ਆ ਹਨਾ। ਹੋਰ ਲੈ ਆ, ਮੈਂ ਤਾਂ ਕਹਿੰਦੀ ਹਾਂ ਕਿ ਆ ਦੇਖ ਲੈ ਮੈਂ ਤੈਨੂੰ 2500 ਦਵਾ ਕੇ ਲਿਆਉਂ। ਨੀ ਮੈਂ ਤਾਂ ਡਰਦੀ ਆ ਖਰਚੇ ਤੋਂ, ਹੋਰ ਭੜਗੇ ਚੱਲ ਐ ਕਰਦੀ ਆ ਹਨਾ, ਤੇਰੇ ਮਾਂ ਤੇਰੀ ਗੱਲ ਵੀ ਸਹੀ ਆ ਨਾ, ਵਰਤ ਰੱਖਾਂਗੇ ਚੱਲ ਲੈ ਆਉਂਗੀ ਤੂੰ ਮੇਰੇ ਨਾਲ, ਤਾਂ ਮੈਂ ਚੱਲਾਂਗੀ। ਹੋਰ ਭੈਣੇ ਹਾਂ ਖਰਚੀ ਵਾਲੀ ਲਿਆਉ ਮੈਂ ਹੁਣ, ਲੈ ਆਈ ਲੈ ਆਹੋ ਆਹੋ, ਨਾਲੇ ਮੈਂ ਤੈਨੂੰ ਹੋਰ ਸਮਾਨ ਦਵਾ ਕੇ ਲਿਆਉਂ, ਖਾਣ ਪੀਣ ਵਾਲਾ ਵਧੀਆ। ਆਹੋ ਆਹੋ ਚੰਗਾ ਚੰਗਾ ਭੈਣੇ। ਹਾਂ ਆਹੋ ਆਉਣੀ ਆ, ਚੰਗਾ ਮੈਂ ਕੰਮ ਕਰਕੇ ਹੱਥ ਨਹੀਂ ਆਉਣੀ ਆ ਮੈਂ। ਗੱਲ ਤੇਰੀ ਵੀ ਸਹੀ ਆ, ਸਾਲ ਬਾਅਦ ਤਿਆਰ ਹੁੰਦਾ ਭਾਵੇਂ ਆਵੇ, ਮੈਂ ਤਾਂ ਇੱਥੇ ਖਰਚਾ ਕਰਾ ਕੇ ਆ ਪੰਪ ਦੇ ਦੇ, ਮੈਂ ਤੁਹਾਨੂੰ ਲੰਬੀ ਉਮਰ ਕਰੂੰਗੀ ਤੇਰੀ, ਬਹੁਤ ਕੀ ਕਰਾ ਫਿਰ ਭੁੱਖ ਹੜਤਾਲ ਤਾਂ ਮੈਂ ਕੱਟਣੀ ਕੁੜੀ ਨੂੰ। ਨੀ ਕੁੜੀਏ ਆ ਮੰਮੀ, ਉਰੇ ਭੱਜ ਕੇ ਤਾਂ ਆਪ ਆਪਦੇ ਪਿਓ ਵਰਗੀ ਅੰਤਰੀ ਬੜੀ ਬੈਠੀ ਰਹਿੰਦੀ ਆ। ਕੀ ਕਹਿਆ ਵਾ ਕਹਿਣਾ ਕੀ ਤੇ ਉਰੇ ਮੇਰੀ ਗੱਲ ਸੁਣ।
ਮੇਰੀ ਗੱਲ ਸੁਣ, ਮੈਂ ਰੱਖੂਗੀ ਵਰਤ ਤੇਰੇ ਬਾਪੇ ਦਾ, ਤੇ ਮੈਂ ਜਾਊਂਗੀ ਸੋਹਣਾ ਜਿਹਾ 3000 ਵਾਲਾ ਸੂਟ ਜਾਊਂਗਾ ਜੀ ਤਾਂ ਕਿਤੇ ਤੇਰੀ ਬੀਬੀ ਦੇ ਹੋਰ ਮੈਂ ਕਹਿੰਦੀ ਤੈਨੂੰ ਨਾਲ ਤਾਂ ਸੂਟ ਲਿਆ ਕੇ ਦੇਊਂ। ਹਾਂ ਬੀਬੀ ਮੈਂ ਤਾਂ ਸੈਂਡਲ ਵੀ ਲੈ ਕੇ ਆਉਂਦਾ। ਸੈਂਡਲ ਕਾਹਨ, ਹੁਣ ਸਿਆਲਾ ਹੀ ਆ ਤਾਂ ਤੈਨੂੰ ਗੂਟ ਲਿਆ ਕੇ ਦੇਊਂਗੀ। ਸੈਂਡਲ ਨੀ ਤੈਨੂੰ ਗੂਟ, ਸਿਆਣੇ ਬਣਦੇ ਗਿਆ ਕੀ ਪੁੱਤ ਐਂ ਕਰ, ਮੇਰੇ ਨਾਲ ਕੰਮ ਤਾਂ ਕਰਾ ਦੇ, ਹੁਣ ਨਾਲ ਤਾਂ ਤੈਨੂੰ ਸੂਟ ਲਿਆ ਕੇ ਦੇਊਂ, ਨਾਲੇ ਕਿ ਉਹ ਸਿਓ ਸੂਟ ਲਿਆ ਕੇ ਦੇਊਂ ਤੈਨੂੰ ਖਾ ਦੀ, ਨਾਲੇ ਮੈਂ ਵਰਤ ਰੱਖ ਲੂ, ਨਾਲ ਤੈਨੂੰ ਖਾਣ ਨੂੰ, ਮੇਰੇ ਨਾਲ ਕੰਮ ਕਰਾ ਦੇ ਚੰਗਾ। ਆਹੋ ਤੇ ਮੇਰੀ ਗੱਲ ਸੁਣ, ਜਦੋਂ ਤੇਰਾ ਪਾਪਾ ਵਾਲਾ ਕੰਮ ਕੰਮ ਜਿਹਨੂੰ ਕਹੇ ਨਾ ਤੇਰੇ ਫਿਰ ਜੀ ਕਰੇ, ਉਹਦੇ ਮੈਂ ਮਾੜਾ ਬੋਲ ਪਿਆ ਕਰ ਮੇਰੀ ਬੀਬੀ ਨੂੰ ਐਂ ਕਹਿਣਾ। ਆਹੋ ਆ ਜਾ ਕੰਮ ਕਰਕੇ, ਦੋਨੇ ਮਾਵਾਂ ਦੀਆਂ ਫਿਰ ਲਿਆ ਕੇ ਦਿੰਦਾ। ਸਾਲੇ ਦਾ ਨਹੀਂ ਕਿੱਧਰ ਮਰਦੀ ਹੈ, ਗੇਟ ਖੁੱਲ੍ਹਾ ਹੀ ਛੱਡ ਰੱਖਿਆ। ਨਹੀਂ ਕਿੱਥੇ ਆ, ਦੇਖਦਾ ਨੀ ਕਿਵੇਂ ਰਗਾ ਸੋਟੀਆਂ ਹੈ ਨੀ ਤੇਰੀਆਂ, ਅੱਡੇ ਤੇ ਲੱਗ ਜਾ ਕਰ ਗੋਲ ਮਾਰਨ। ਤੂੰ ਨਾ ਕਰੇ ਬਣ ਦਿਆ ਕਰ, ਪਹਿਲੀ ਮੱਚ ਜਾ ਕਰ। ਮੱਚ ਜਾ ਕਰਨ ਵਾਲੇ ਹੋਰ ਕਿੱਧਰੋਂ ਆਇਆ, ਸ਼ਹਿਰ ਗਿਆ ਸੀ ਆਰਤੀ ਕੋਲੇ, ਸ਼ਹਿਰ ਗਿਆ ਸੀ, ਫਿਰਦਾ ਰਿਹਾ ਕਰ, ਹੋਰ ਤਾਂ ਤੇਰੇ ਕੋਲ ਕੋਈ ਕੰਮ ਨੀ ਹੈ। ਆਹੋ ਤੇਰੇ ਵਾਲੇ ਕੰਮ ਰਹਿ ਗਏ, ਮੈਨੂੰ ਪਾਣੀ ਲਿਆ ਦੀ ਪਹਿਲਾਂ, ਲਿਆ ਦੂੰ ਪਾਣੀ ਤੈਨੂੰ ਬਣਦਾ, ਤੇਰਾ ਤੇਜ਼ਾਬ ਵਾਲਾ ਪਹਿਲਾਂ ਪਾਣੀ ਲੱਗ ਜੂਗਾ ਮੰਗਣਾ। ਬੋਲਣ ਦਾ ਹਟਿਆ ਕਰ, ਸਾਰਾ ਦਿਨ ਨਾ ਖੁਦੀ ਜਿਹੀ ਚਾਵੜ ਚਾਵੜ ਕਰੀ ਜਾਂਦੀ ਹੈ। ਮੈਂ ਕਾਹਨੂੰ ਚਾਵੜ ਚਾਵੜ ਬੋਲਦੀ ਆ, ਤੂੰ ਤਾਂ ਗੁੱਸਾ ਹੀ ਖਾ ਗਿਆ, ਉਹ ਤਾਂ ਲੈ ਜਾਂਦਾ, ਤੂੰ ਤਾਂ ਰਾਹ ਚ ਹੀ ਲੱਗ ਜਾਂਦਾ ਬੋਲ ਮਾਰਨ। ਹੋਰ ਕੀ ਹੈ, ਚਾਹ ਧਰੇ ਆਈ, ਮੈਂ ਪਾਣੀ ਪੀ ਲਾ ਪਹਿਲਾਂ ਠੰਡਾ ਠੰਡਾ, ਤੇ ਮੈਂ ਤਾਂ ਤੇਰੇ ਨਾਲ ਗੱਲ ਕਰਦੀ ਸੀ ਕੋਈ ਕੱਲ ਨੂੰ ਨਾ ਵਰਤਣੀ। ਮੇਰੀ ਗੱਲ ਸੁਣ, ਜੇ ਮੈਂ ਭੁੱਖ ਹੜਤਾਲ ਕੱਟੂਗੀ ਨਾ ਤਾਂ ਤੇਰੇ ਕੋਈ ਲੰਮੀ ਉਮਰ ਹੋਊਗੀ? ਹਾਂ ਲੋੜ ਨੀ ਹੈਗੀ, ਲੋੜ ਨੀ ਹੈਗੀ ਮੈਨੂੰ ਤੇਰੀ ਲੰਮੀ ਉਮਰਾਂ ਦੀ, ਤੇਰੇ ਨਾਲ ਤਾਂ ਜੇ ਮੈਂ ਪਰਸੋਂ ਨੂੰ ਮਰਦਾ ਚਾਹੇ ਅੱਜ ਮਰ ਜਾ, ਬਥੇਰੇ ਸਮੇਂ ਰਿਸ਼ਤੇ ਆਉਂਦੇ ਸੀ ਮੈਨੂੰ, ਮੇਰੇ ਕੋਲ ਨਾ ਰੋਜ਼ ਗੱਲ ਜੀ ਨਾ ਕਰ ਜਵੜੇ ਤੇ ਮਾਰੂੰਗੀ ਮੈਂ, ਬੰਦੇ ਤੇ ਹੱਥ ਤਾਂ ਚੱਕਦੇ ਨੀ ਹੁੰਦੇ ਹੈਗੇ ਗੇ। ਹਾਂ ਮੈਂ ਤਾਂ ਮੁੱਕੀਆਂ ਖਾਏਗੀ, ਮੁੱਕੀਆਂ 5000 ਦੇ, ਮੈਂ ਆਪਦੇ ਮੋਟਰਸਾਈਕਲ ਦੀ ਸਰਵਿਸ ਨਹੀਂ ਕਰਾ ਲੂਗਾ, ਇੰਜਣ ਹੋਣ ਵਾਲਾ ਹੈ, ਤੂੰ ਆ ਮਾਰਦਾ ਤੇਰੇ ਵਾਂਗੂ, ਤੂੰ ਆ ਮਾਰਦਾ ਨਾਲੇ, ਹੋਰ ਮੈਨੂੰ ਕਹਿਣ ਦੀ ਕੋਈ ਲੋੜ ਨਹੀਂ, ਕਦੇ ਲੈ ਕੇ ਤਾਂ ਕਿਤੇ ਗਿਆ ਨਹੀਂ ਨਾ ਬੀਬੀ ਨੂੰ ਮਿਲਾਉਣ ਲੈ ਕੇ ਜਾਣਾ ਹੈ। ਆਹ ਤੇਰੀ ਬੀਬੀ ਤਾਂ ਬੜੇ ਮੇਰੇ ਵਾਸਤੇ 100 ਕੇਲੇ ਲੈ ਕੇ ਬੈਠੀ ਹੈ, ਤੇ ਬਥੇਰੇ ਲੈ ਕੇ, ਤੇਰੀ ਤਾਂ ਇੱਜ਼ਤ ਇੰਨੀ ਕਰਦੇ, ਤੈਨੂੰ ਤਾਂ ਰਾਸ ਨਹੀਂ ਆਉਂਦੀ ਹੈਗੀ, ਹੋਰ ਆ ਕਿਤੇ ਤੈਨੂੰ ਮੋਟਰਸਾਈਕਲ ਤੇ ਸ਼ਿਮਲਾ ਘਵਾ ਲਿਆਵਾਂ ਮੈਂ, ਮੈਨੂੰ ਤਾਂ ਲੋੜ ਹੀ ਨਹੀਂ ਹੈਗੀ ਸ਼ਿਮਲੇ ਘੁੰਮਣ ਦੀ। ਹਾਂ ਕਰਦਾ ਕੜੀਆਂ ਕਰਦਾ, ਕਰਦਾ ਕੜੀਆਂ ਕਰਦਾ, ਤੇ ਤਾਂ ਬਲਾਡੇ ਤੱਕ ਲਿਆਣ ਵਾਲੀ ਨਹੀਂ ਹੈਗੀ ਤੂੰ, ਤੇ ਕੋਈ ਗੱਲ ਨਹੀਂ ਬਲਾਡੇ ਤੱਕ ਬਾਗਜੂ ਆਧਾਰ ਕਾਰਡ ਤੇ ਬਾਗਜੂ, ਇੱਦਾਂ ਕੋਈ ਗੱਲ ਨਹੀਂ ਹੈ। ਚੱਕ ਚਾਵੜ ਜੀ ਨਾ ਮਾਰਦਾ, ਬਾਈ ਦੇਖੋ ਕੁੜੀ ਕਿੱਥੇ ਗਈ ਨਾਲੇ, ਕੁੜੀ ਨਾਲੇ ਖੇਡਣ ਗਈ ਆ, ਹੁਣ ਕੁੜੀ ਅੰਦਰ ਹੀ ਤਾਂ ਨਹੀਂ ਬੜੀ ਬੈਠੀ ਰਹੂਗੀ ਜਵਾਬ, ਉਹਨੂੰ ਵੀ ਆਪਦਣੀ ਆਤਾ ਪਾਦੀ, ਹੱਲ ਹੱਲ ਕਰਦੀ ਉਹ ਫਿਰੀ ਜਾਂਦੀ ਆ, ਸਾਰਾ ਦਿਨ ਨਹੀਂ ਹੱਲ ਹੱਲ ਕਰਦੀ। ਹਾਂ ਮਰੀ ਜਾਂਦੀ ਆ, ਮੇਰੀ ਗੱਲ ਸੁਣ ਲੈ, ਜੇ ਕਰਿਆ ਖਰਚਾ ਨਾ ਮੈਥੋਂ ਬੁਰਾ ਕੋਈ ਨਹੀਂ, ਤਲਾਕ ਦੇ ਦੂੰਗਾ ਮੈਂ, ਦੇਖ ਲੈ ਤੇ ਮੈਂ ਤਾਂ ਬਸਤੀ ਨਹੀਂ ਰੱਖਦੀ, ਖਰਚਾ ਕਰਨ ਦੀ ਕੀ ਲੋੜ ਆ। ਹਾਂ ਇਹਨਾਂ ਦਾ ਫੜਨ ਕਰ, ਆਹ ਫੜਨ ਵਾਲੇ ਭਾਈ ਪੈਸੇ ਨਹੀਂ, ਫਿਰ ਦੇਖ ਲਿਆ ਦਿਆਂ, ਕਾਤੋਂ ਕਰਦਾ ਇੰਨੀ ਕੰਜੂਸੀ, ਕਾਤੋਂ ਕਰਦਾ ਆਰਤੀ ਦਾ ਲਿਆ, ਕਿਸ਼ਤ ਦੀ ਲਾਸਟ ਤਰੀਕ ਆ ਰਹੀ ਹੈ, 2 ਦਾ ਲਾਇਆ ਉਹਨੇ ਵਿਆਜ, ਚੁੱਪ ਕਰਕੇ ਅੰਦਰ ਧਰ ਦੇ ਸੰਦੂਕ 'ਚ, ਕੱਲ ਨੂੰ ਜਾ ਕੇ ਭਰ ਕੇ ਆਊਂਗਾ ਮੈਂ, ਗਿਣ ਕੇ ਧਰ ਦਿੰਦਾ ਆਪਦੇ ਆਪ ਦੇ 5000 ਰੁਪਇਆ, ਚੁੱਪ ਕਰਕੇ ਅੰਦਰ ਧਰ ਦੇ, ਚੱਲ ਧਰ ਦਿੰਨੇ ਵਿਚਾਰ ਲਿਆ, ਕੋ ਐ ਨਾ ਕਰਾ ਕਰ ਦੇ ਕਿ 250 ਦੇ ਹੀ ਸੂਟ ਆ, ਨਾਲੇ ਮੇਰੀ ਗੱਲ ਸੁਣ ਲੈ, ਉਹ ਤਾਂ ਹੈਗੇ ਨੇ ਮੁਲਾਜ਼ਮ ਬੰਦੇ, ਉਹਨਾਂ ਦੇ ਪਿੱਛੇ ਨਾ ਲੱਗਿਆ ਕਰ ਤੂੰ, ਪਿੱਛੇ ਦੀ ਕਾਹਨੂੰ ਗੱਲ ਆ, ਜੇ ਹੁਣ ਵਰਤ ਤਾਂ ਜਾਣੀ ਸਾਰੀ ਮਤਲਬ ਰੱਖਦੀਆਂ ਨੇ, ਹੁਣ ਐ ਤਾਂ ਨਹੀਂ ਅਗਲੇ ਨੂੰ ਹੁੰਦਾ ਗਾ, ਤੂੰ ਤਾਂ ਉਹੀ ਬਸ ਕੰਜੂਸ ਆ ਪਹਿਲੇ, ਪਿਛਲੇ ਸਾਲ ਵਾਲਾ ਸੂਟ ਹੈ ਤਾਂ ਤੇਰੇ ਕੋਲ ਜਿਹੜੀ ਤੇਰੀ ਬੀਬੀ ਨੇ, ਪਿਛਲੇ ਸਾਲ ਵਾਲਾ ਕੀ ਬੀਬੀ ਨੇ ਜਿਹੜਾ ਦਵਾਤੀ 2 ਸੂਟ ਨੇ ਪਿੰਸਨ ਤੇ ਲੈ ਕੇ ਦਿੱਤਾ ਸੀਗਾ। ਹਾਂ ਦੇਖੀ ਤੂੰ ਲਾਉ ਤੇਰੇ, ਉਹ ਦੇਖ ਕੇ ਮੇਰੇ ਸਲਿਆ ਗਿਰ ਨਾ ਜਾਈ ਅਮਲੀ ਜਿਹਾ।
ਚਾਚਾ ਤੂੰ ਡਿੱਗ ਜਾਏਗਾ ਮੈਂ ਨਹੀਂ ਡਿੱਗਦਾ ਗੁੱਡੀਆਂ ਦੇ ਟਾਇਰ ਨੇ ਫਰਦਾ ਰਿਹਾ ਫੋਨ ਆ ਗਿਆ ਮੈਨੂੰ ਓਏ ਫੋਨ ਤਾਂ ਮੇਰਾ ਓਏ ਤੇਰਾ ਆਹੋ ਤੂੰ ਚੱਕ ਲੈ ਹੋਰ ਕਿਹਦਾ हेलो हेलो हां जी हां जी बैंक से बोल रहे हैं हां जी भाई सत श्री अकाल जी सत श्री अकाल दस एक अपनी किस्त नहीं हैगी किस्त भाई ਤੁਸੀਂ ਤਾਂ ਕਹਿ ਦੀ ਵੀ ਕੱਲ ਨੂੰ ਭਰ ਜਿਓ ਕੱਲ ਨੂੰ ਤਾਂ ਇਹਨੂੰ ਅੱਜ ਕਲੀਅਰ ਕਰਕੇ ਜਾ ਨਹੀਂ ਫਿਰ ਵਿਆਜ ਤੋਂ ਡਬਲ ਭਾਈ ਹੁਣੇ ਆ ਮਾ ਹਾਂ ਹਾਂ ਹੁਣੇ ਆਉਣਾ ਪਊਗਾ ਚੱਲ ਭਾਈ ਫਿਰ ਆਉਣਾ ਭਾਈ ਫਿਰ ਮੈਂ ਭਾਈ ਹਲੇ ਹਲੇ ਨਹੀਂ ਆ ਸਕਦੇ ਗੇੜਾ ਮਾਰ ਗੇੜਾ ਚੰਗਾ ਜੀ ਸਤਿ ਸ੍ਰੀ ਅਕਾਲ ਉਹਨੂੰ ਕਹਿੰਦੇ ਤਾਂ ਚਾਚਾ ਤੂੰ ਕਹਿੰਦੇ ਵੀ ਗੇੜਾ ਮਾਰਨ ਜਾ ਰਹੇ ਫੇਰ ਆ ਜੂ ਤੇਰੇ ਕੁਛ ਲੱਗਦੇ ਬੈਂਕ ਵਾਲੇ ਨੇ ਤੇਰੇ ਸਹੁਰਿਆਂ ਤੋਂ ਫੋਨ ਨਹੀਂ ਆਇਆ ਸੀ ਇਹ ਫਿਰ ਬੈਂਕ ਵਾਲੇ ਕੀ ਕਹਿੰਦੇ ਨੇ ਬੈਂਕ ਉਹ ਤਾਂ ਬੈਠੀ ਹੋਣਗੇ ਪੈਸੇ ਮੰਗਦੇ ਨੇ ਕਿਸ਼ਤ ਭਰ ਕੇ ਆਉਣਾ ਮੈਂ ਜਾ ਕੇ ਹਾਏ ਓਏ ਜਦੋਂ ਮੈਂ ਮੰਗਦਾ ਮੈਨੂੰ ਤਾਂ ਕਹਿੰਦੇ ਪੈਸੇ ਨਹੀਂ ਬੈਂਕ ਵਾਲੇ ਨੇ ਮੰਗ ਲੇ ਯਾਰਡ ਦੇ ਨੇ ਕਹਿਤਾ ਹੋਣਾ ਮੈਂ ਜਾਂਦਾ ਬੈਂਕ ਮੈਂ ਪੈਸੇ ਜੇ ਭਰਿਆ ਮੈਂ ਜਾ ਕੇ ਕੱਲ ਨੂੰ ਨਹੀਂ ਫਿਰ ਵਿਆਜ ਪੈ ਜੂ ਆਪਾਂ ਨੂੰ ਤੂੰ ਆ ਜਾ ਕੇ ਉਧਰਲੇ ਪਾਸੇ ਨੱਕਾ ਲਾ ਐ ਮੋੜੇ ਨੱਕਾ ਚਾਚਾ ਮੇਰੀ ਗੱਲ ਸੁਣ ਨੱਕਾ ਤਾਂ ਮੈਂ ਲਾਇਆ ਨਾ ਹਾਂ ਮੈਨੂੰ 10000 ਰੁਪਿਆ ਚਾਹੀਦਾ ਸੀ ਕਿਉਂ ਤੈਨੂੰ 10000 ਕਾ ਬਸ ਚਾਹੀਦਾ ਓਏ ਬਰਤ ਨੇ ਚਾਚਾ ਮੇਰੇ ਘਰ ਵਾਲੀ ਕਹਿੰਦੀ ਵੀ ਮੈਨੂੰ ਸੂਟ ਦਵਾ ਲਈ ਤਾਂ ਕਰ ਮੇਰੇ ਸੜ ਗਿਆ ਬਰਤ ਜੇ ਕਾਦੇ ਆ ਗਏ ਨਾ ਜਾਨ ਨੂੰ ਸਿਆਪਾ ਪਾਰਖ ਹੈ ਨਹੀਂ ਇੰਨੇ ਪੈਸੇ ਮੇਰੇ ਕੋਲੇ 10000 ਰੁਕ ਬੜਾ ਤੂੰ ਲਾਚਾ ਦੇ ਕੇ ਦੇਏਗਾ ਉਹਨੂੰ ਮੇਰਾ ਸਾਲਾ ਗੋਲੀਆਂ ਖਾ ਕੇ ਸੁੱਤਾ ਰਹੇਗਾ ਚੱਲ ਫਿਰ ਐ ਕਰ ਘੱਟ ਦੇ ਦੇ 250 ਦੇ ਦੇ ਚੰਗਾ ਲੈ ਲਈ ਫਿਰ ਹੱਥ ਨੇ ਲੈ ਲਈ 250 ਸਮਾਰ ਕੇ ਲਾਏ ਉਧਰ ਮੱਕਾ ਲੱਕਾ ਉੱਥੇ ਕਿਤੇ ਮੈਨੂੰ ਸੜਦਾ ਮੈਂ ਵੀ ਤੇਰੇ ਵਰਗੂ ਆਮਲੀ ਹੋ ਗਿਆ ਮੱਕਾ ਨੱਕਾ ਪਤਾ ਨਹੀਂ ਕੀ ਬੋਲੀ ਕੋਈ ਨਾ ਤੂੰ ਆਉਣਾ ਮੈਂ ਨਾਲੇ ਨਿਗਾਹ ਨਾਲ ਧਿਆਨ ਨਾਲ ਮਾਰ ਜਿੱਥੇ ਮੇਰੇ ਸੜਦੇ ਜੜਾਂ 'ਚ ਬੈਠ ਗਏ ਮੇਰੇ ਤਾਂ ਕੋੜੀ ਇਹ ਲੈ ਲਫਾਫਾ ਫੜ ਮੈਂ ਮੰਜਾ ਡਾਂ ਹਾਂ ਚਾਹ ਤਰਾਂ ਕੁੱਟਕ ਬਣਾ ਲੈ ਭੈਣੇ ਚੱਲ ਭਾਈ ਜਾ ਮਾੜਾ ਜਿਹਾ ਬੈਠ गुलाबी जानी रंग है रखदी अड़िए मेरी बीबी दिनसानिया ने होर पिनसन चो लै लिते हुए ने कि मां बाप की चीज सीती जा मतलब लाई सोहना लग्या लाल जत रंग नहीं लभजू जानू नू की गवाचा रहा थोड़ा की लभजू लभजू करी आंदा तू आप भालको दे आउंदी पड़ गए नहीं मेरा मतलब है ओ कहंदा मैं तेनू प्यार करदा दिमाग बाल आ मेरे ता मत इथे आके मर गई नी मेरे ता कंप्यूटर आला दिमाग सी कंप्यूटर आला होर नी भेने मेरे घर आले ता मैनू 35000 दा फोन लैता ओहो इन्ना महंगा होर कहना परवाह ही ना मन ऐश कर कहंदा नी 35000 दस्ता मज लियाए ਵਧੀਆ ਦੁੱਧ ਦਿੰਦੀ ਆਗੀ ਉਸੇ ਨਾਲ ਟਾਈਮ ਪਾਸ ਹੋ ਕਰ ਦੁੱਧ ਦਿੰਦਾ ਗਵਾ ਵੀ ਗੱਲਾਂ ਫਿਰ ਤੈਨੂੰ ਅੱਜਾਂ ਉਹ ਨਾ ਕਰਾ ਨਾ ਮੇਰੀ ਗੱਲ ਸੁਣ ਉਹ ਤਾਂ ਫਿਰ ਤੂੰ ਕੋਲੀ ਖੰਡ ਦੀ ਮੰਗਦੀ ਰਹਿੰਦੀ ਆ ਸਾਡੇ ਤੋਂ ਹੈ ਉਹ ਤੂੰ ਫੁਕਰੀਆਂ ਤੋਂ ਦੁੱਧ ਦੀਆਂ ਮਾਰਦੀ ਆਂ ਨਾ ਆਏ ਨਹੀਂ ਫਿਰ ਹਾਂ ਘਰਾਂ 'ਚ ਹੋਈ ਜਾਂਦਾ ਇੰਨੀ ਵੀ ਨਾ ਬੇਇੱਜ਼ਤੀ ਕਰਿਆ ਕਰ ਅੜ ਗਿਆ ਤੈਨੂੰ ਪਤਾ ਆਪਣੀ ਵਰਤ ਵਰਤੇਵਾ ਦੋਨੇ ਜਣੀਆਂ ਦਾ ਹੋਰ ਚੱਲ ਵਧੀਆ ਕੀਤਾ ਭੈਣੇ ਮੈਂ ਤੈਨੂੰ ਸਕੀਮ ਦੇਤੀ ਸੂਟਾਂ ਦੀ ਹੋਰ ਤੂੰ ਨਹੀਂ ਮੈਨੂੰ ਮੇਰਾ ਤਾਂ ਆਪ ਦਿਮਾਗ ਵਧੀਆ ਮੈਨੂੰ ਤਾਂ ਐ ਸੀ ਚੱਲ ਤੂੰ ਸਕੀਮ ਦੇਗੀ ਤਾਂ ਡੁੱਬੜਾ ਉਹਨੇ ਟਾਈਮ ਹੀ ਮੈਨੂੰ ਪੈਸੇ ਫੜਾਗਾ ਮੈਂ ਤਾਂ ਚਲਾ ਲਿਆ ਉਂਕੜਾ ਮੈਨੂੰ ਸੂਟ ਬਰੇ ਦਵਾਉਣੇ ਤੇ ਨਾ ਸੂਟੇ ਹੋਰ ਅਹੀਂ ਦੱਬ ਕੇ ਰੱਖਿਆ ਕਰ ਥੱਲੇ ਤੂੰ ਦੇਖੀ ਤਾਂ ਇਹਨੂੰ ਤਾਂ ਜਾੜ ਥੱਲੇ ਦੱਬ ਕੇ ਰੱਖਿਆ ਕਰੂੰਗੀ ਮੈਂ ਹਾਂ ਨਹੀਂ ਹੁਣ ਤਾਂ ਮੈਂ ਪਿੱਸੇ ਪਿੱਸੇ ਲਾ ਲੂ ਪਿੱਸੇ ਪਿੱਸੇ ਤੂੰ ਗੱਲਾਂ ਕਿਹੜੀਆਂ ਕਰਦੇ ਤੇਰੇ ਘਰ ਆ ਤਾਂ ਉਹ ਆ ਗਿਆ ਲੈ ਹਾਂ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿਵੇਂ ਬੈਠੇ ਹੋ ਕੀ ਗੱਲ ਹੈ ਉਹ ਸੂਟ ਲੈ ਕੇ ਆਈਆਂ ਸੀਗੀਆਂ ਸੀ ਹੋਰ ਸੂਟ ਲੈ ਆਈ ਦਵਾਲੇ ਸੂਟ ਦਵਾਲੇ ਹੀ ਭਾਬੀ ਹੈ ਹਾਂ ਬਾਈ ਸੂਟ ਦਵਾਲੇ ਹੀ ਮੈਂ ਕਿਹਾ ਚੱਲ ਨਵਾਂ ਪਾ ਲੂਗੀ ਹਾਂ ਪਾਲੂਗੀ ਨਵਾਂ ਨਿਆਣੀ ਹੈ ਹਨਾ ਹਾਂ ਚੰਗਾ ਭੈਣੇ ਮੈਨੂੰ ਤਾਂ ਫੋਨ ਆ ਗਿਆ ਬਹਿ ਜਾਂਦੀ ਚਾਹ ਧਰ ਲੈਣੀ ਆ ਨਾ ਭੈਣੇ ਮੈਂ ਤਾਂ ਆਪ ਹੀ ਬਣਾ ਕੇ ਬਿਸਕੁਟ ਲੈਂਦੇ ਮੇਰੇ ਭਾਬੀ ਨਾ ਬਾਈ ਮੈਂ ਤਾਂ ਘਰੀ ਬਣਾ ਕੇ ਪੀ ਲੂੰਗੀ ਕੁਛ ਨਹੀਂ ਹੋ ਤਾਂ ਮੈਂ ਕਹਿੰਦੀ ਦੇਖ ਕਿ ਮੈਂ ਸੂਟ ਦਵਾ ਕੇ ਲਈ ਆ ਕਿੰਨਾ ਸੋਹਣਾ ਮੇਰਾ ਤਾਂ ਬਾਲਾ ਸੋਹਣਾ ਲੱਗੂ ਤੇ ਦੇਖ ਹਾਂ ਹਨਾ ਹਾਂ ਮੈਂ ਚਮਕੂੰਗੀ ਕੱਲੀ ਤੇ ਮੇਰਾ ਸੋਹਣਾ ਸਤਾਰੇ ਜੀ ਹਨਾ ਹੋਰ ਸੋਹਣਾਗਾ ਹਾਂ ਚੱਲ ਸੂਟ ਸੂਟ ਤਾਂ ਮੈਂ ਤੈਨੂੰ ਮੈਂ ਕਹਿੰਦਾ ਤੀਗਾ ਜਿਹੜਾ ਮੈਂ ਤੈਨੂੰ ਸਵੇਰੇ 5000 ਫੜਾ ਕੇ ਗਿਆ ਤੀਗਾ ਉਹ ਫੜਾ ਮੈਨੂੰ ਨਾ ਫੋਨ ਆਇਆ ਕਿਸ ਤਲੇ ਦਾ ਪਹਿਲਾਂ ਤਾਂ ਕੱਲ ਨੂੰ ਭਰਨੀ ਸੀ ਉਹ ਕਹਿੰਦਾ ਵੀ ਮਤਲਬ ਕਿ ਅੱਜ ਭਰ ਕੇ ਜਾਓ ਨਹੀਂ ਤਾਂ ਤੁਹਾਨੂੰ ਵਿਆਜ ਪੈ ਜਾਊਗਾ ਕਿੱਥੇ ਆ ਉਹ 5000 ਆਪਣਾ ਫਿਰ
ਜਿਹੜਾ ਸਵੇਰੇ ਫੜਾਇਆ ਸੀ ਮੈਂ ਹਾਂ 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 ਤੂੰ ਚੱਕ ਲੈ ਤੂੰ ਕਾ ਪੀਤਾ ਰਿਹਾ ਹੁਣ ਮੇਰੇ ਤਾਂ ਯਾਦ ਚੇਤੇ ਮੇਰੇ ਤਾਂ ਦਿਮਾਗ ਵਾਲਾ ਘਟਿਆ ਪਿਆ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਲੱਗਦਾ ਹੈਗਾ ਹੋਰ ਆ ਸੂਟ ਕਿੰਨੇ ਦਾ ਲੈਂਦਾ ਹੈ ਸੂਟ ਹੈ 5000 ਦਾ 6000 ਦਾ ਕਹਿੰਦੇ ਸੀ ਹੁਣ ਤਾਂ 5000 ਦਾ ਲਿਆਈਆਂ ਸੀ ਅੱਛਾ ਉਹ ਤੇਰੇ ਯਾਦ ਨਹੀਂ ਹੈਗੇ ਉਹ ਕਿੱਥੇ ਤੇਰੇ ਨੇ ਹੈ ਚਲ ਐ ਵੀ ਵਧੀਆ ਕਰਿਆ ਤੈਨੇ ਇਹ ਸੂਟ ਤਾਂ ਲਿਆਂਦਾ ਹੋਰ ਸੂਟ ਫਿਰ ਸੂਟ ਇਹ ਫਿਰ ਵਰਤਾਂ ਵਾਸਤੇ ਲਿਆਂਦਾ ਹੈ ਵਰਤ ਫਿਰ ਤੇਰੀ ਲੰਮੀ ਉਮਰ ਕਰਕੇ ਰੱਖੂਗੀ ਵਰਤਾਂ ਹਾਂ ਹਣਾ ਐ ਮੈਂ ਤੇਰੇ ਸਿਰ ਦਾ ਸਾਈ ਆ ਹੋਰ ਲੈ ਤੇਰੀ ਐ ਵੀ ਵਧੀਆ ਕੀ ਕਰਨੀ ਆ ਮੈਂ ਵਧੀਆ ਲੰਬਾ ਵਧੀਆ ਸੋਹਣਾ ਲੱਗੂ ਤੇਰੇ ਲਾ ਕੇ ਦੇਖੀ ਉਹਨਾਂ ਕੋ ਦੇਖੀ ਪੋ ਲੈ ਕੇ ਤਮੇ ਆਪਦੇ ਵਾਸਤੇ ਆਈਆਂ ਹੋਰ ਫਿਰ ਹੋਰ ਤਾਂ ਨਹੀਂ ਕੁਝ ਲਿਆਉਣਾ ਕਰਨਾ ਹੋਰ ਮੈਂ ਕਹਿੰਦੀ ਸੀ ਚਲ ਹੁਣ ਮੰਨਤਾ ਗਿਆ ਮੈਨੂੰ ਪਤਾ ਸੀ ਕਿ ਤੂੰ ਮੰਨ ਜਾਏਗਾ ਮੈਂ ਕਹਿੰਦੀ ਸੀ ਤੈਨੂੰ ਪਾਰਲਰ ਦੇ ਲੈ ਚੱਲਦਾ ਨਾਲੇ ਮੈਂ ਸਿਆਉ ਸੂ ਲਿਆ ਦਿੰਦਾ ਹੋਰ ਪਾਰਲਰ ਦੇ ਪਾਰਲਰ ਦੇ टूली पार्लर चला फिर आप अंदरों लिया मैं चक्के पूरी बैठी तू हां मैं करा जी सर्विस मैं दिना सतारे आले सूट जे ना ए प्लाजो पाया ना जा की जानूगी ले चलिए फिर आप चल फिर कर झाड़ू तो आके ला लांगे मैं आप ही ला दूंगी धर दे खड़ तेरी रोक दे दी तेरी दी छड़ दे मैनू होर केड़ा प्लाजो लेना फिर मैं तो कोई प्लाजो नहीं लेना मैं तो गुआंढण दे आके लग गई मैं दबा देना तेनू फुलकारी सूट आ पंगे ही ले लिया किसी दे पिछे लग के डुबड़ी दे मांगर लगी सी मैं तां रीढ़ दी हड्डी तड़वा के बैठ गई ओहदे पिछे लग के मैं तां थोनू भी कहनी आ वर्त तां रखूंगा रख लियो जिहो जिहा रखा गया ओहो जिहा रख लियो किसी दे पिछे ना लगियो डांगा खा लूंगा मेरे वांगू हां जी सत श्री अकाल दोस्तों हुणे हुणे तुसीं साडी वीडियो देखी आ वीडियो किद्दां लगी लाइक कमेंट शेयर करके जरूर दसना ते इक असीं छोटा मैसेज देण दी कोशिश कीती आ जी वीडियो एंड तक जरूर चैक करियो ते की रिएक्टिंग वधिया लगी कमेंट करके जरूर दस्या करो वध तों वध शेयर करिया करो चैनल नूं सबसक्राइब करना ना भुलना ते चैनल नूं शेयर भी जरूर कर दिओ थैंक यू दोस्तों।